पंजाब के कई इलाके हड़ां की मार हेठ ने ते बीती रात घग्गर दे विच वी पाड़ पिया जिस कारण सरदूलगढ़ के आस पास के पिंडां दे विच पानी भर गया जिस कारण 100 तो वध घरां दे लोक पानी दे विच ही फसे हुए ने ते मकान भी इस पानी दे करके नुकसाने जा रहे ने। लोगों ने प्रशासन ते सरकार खिलाफ नाराजगी जाहिर की है कि उन्हां तक बनदी मदद नहीं पहुँचाई जा रही। ਘੱਗਰ ਨੇ ਆਤੰਕ ਮਚਾਇਆ ਤੇ ਮਾਨਸਾ ਚ ਘੱਗਰ ਆਫਤ ਬਣਿਆ ਹੋਇਆ। ਫੂਸ ਮੰਡੀ ਵਿਖੇ ਘੱਗਰ ਚ 100 ਫੁੱਟ ਦਾ ਪਾੜ ਪਿਆ। ਪਾੜ ਪੈਣ ਕਾਰਨ ਸਰਦੂਲਗੜ੍ਹ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ। ਖੇਤਾਂ 'ਚ ਬਣੇ ਘਰ ਇਸ ਪਾਣੀ ਦੀ ਮਾਰ ਹੇਠ ਨੇ। ਲੋਕਾਂ ਦਾ ਕਹਿਣਾ ਕਿ ਪਾਣੀ ਕਾਰਨ ਘਰਾਂ 'ਚ ਦਰਾਰਾਂ ਪੈ ਰਹੀਆਂ ਨੇ। ਅਚਾਨਕ ਪਾਣੀ ਆਉਣ ਕਾਰਨ ਕਈ ਲੋਕ ਘਰਾਂ 'ਚ ਹੀ ਫਸੇ ਨੇ। 100 ਤੋਂ ਵੱਧ ਘਰਾਂ ਦੇ ਲੋਕ ਪਾਣੀ ਦੀ ਮਾਰ ਹੇਠ ਨੇ। ਲੋਕ ਆਪਣੇ ਘਰਾਂ ਨੂੰ ਸੁਰੱਖਿਅਤ ਰੱਖਣ ਲਈ ਦੀਵਾਰਾਂ ਨਾਲ ਮਿੱਟੀ ਵੀ ਲਗਾ ਰਹੇ ਨੇ। ਪ੍ਰਸ਼ਾਸਨ ਤੇ ਸਰਕਾਰ ਤੋਂ ਲੋਕਾਂ ਨੂੰ ਬਾਹਰ ਕੱਢਣ ਤੇ ਘਰਾਂ ਨੂੰ ਬਚਾਉਣ ਦੀ ਸਰਦੂਲਗੜ੍ਹ ਵਾਸੀ ਗੁਹਾਰ ਵੀ ਲਗਾ ਰਹੇ ਨੇ। ਘਰਾਂ ਦਾ ਤਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਗਰੀਬ ਦਬਕਾ ਜੋ ਇੱਧਰ ਰਹਿ ਰਿਹਾ ਵੀ ਮਤਲਬ ਉਹਨਾਂ ਦਾ ਸਮਾਨ ਵੀ ਅੰਦਰ ਰਹਿ ਗਿਆ ਜੀ। ਉਹਨਾਂ ਨੂੰ ਤਾਂ ਜੀ ਪਾਣੀ ਆਏ ਦਾ ਪਤਾ ਲੱਗਿਆ ਵੀ ਸਾਡੇ ਵੀ ਘਰਾਂ ਦੇ ਵਿੱਚ ਪਾਣੀ ਆ ਵੜਿਆ ਜੀ। ਉਹਨਾਂ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਜੀ ਮਿਲਿਆ। ਆਪਦੀ ਪੂਰੀ ਕੋਸ਼ਿਸ਼ ਹੈ ਜੀ ਉਹ ਸਮਾਨ ਮਤਲਬ ਗਰੀਬ ਲੋਕਾਂ ਦਾ ਬਾਹਰ ਕੱਢ ਰਹੇ ਆ ਜੀ। ਕਿੰਨੇ ਕੁ ਲੋਕ ਨੇ ਇੱਧਰ ਜਿਹੜੇ ਗਰੀਬ ਲੋਕ ਨੇ ਅਜੇ ਪਾਣੀ ਦੇ ਵਿੱਚ ਫਸੇ ਹੋਏ ਨੇ? ਇੱਧਰ ਮਤਲਬ ਜੀ ਘੱਟੋ ਘੱਟ 100-150 ਘਰ ਹੈ ਜੀ ਮਤਲਬ ਜਿਹੜਾ ਪਾਣੀ ਦੀ ਮਾਰ ਹੇਠ ਹੈ ਜੀ। ਪਾਣੀ ਜੀ ਬਿਲਕੁਲ ਸਰਦੂਲਗੜ੍ਹ ਦੇ ਨਾਲ ਆ ਚੁੱਕ ਲੱਗ ਗਿਆ ਅਤੇ ਨੁਕਸਾਨ ਫਸਲਾਂ ਦਾ ਤਾਂ ਤਕਰੀਬਨ ਸਾਰੀਆਂ ਦਾ ਨੁਕਸਾਨ ਹੋ ਹੀ ਗਿਆ। ਹੁਣ ਘਰਾਂ ਦਾ ਵੀ ਨੁਕਸਾਨ ਹੋਈ ਜਾਂਦਾ ਜੀ। ਜਿਹੜੀਆਂ ਢਾਣੀਆਂ ਨੇ ਉਹਨਾਂ ਦਾ ਨੁਕਸਾਨ ਹੋਈ ਜਾਂਦਾ। ਤੁਸੀਂ ਆਹ ਸਾਹਮਣੇ ਘਰ ਦੇਖ ਰਹੇ ਹੋ, ਇਹਦੇ ਨਾਲ ਹੁਣ ਮਿੱਟੀ ਲਾਈ ਜਾਂਦੀ, ਇਹਦੇ ਨਾਲ ਘੱਟੋ ਘੱਟ ਵੀ 6-7 ਫੁੱਟ ਪਾਣੀ ਚੜ੍ਹ ਗਿਆ। ਹੁਣ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ, ਫਸਲਾਂ ਤਾਂ ਦੇਖੋ ਖਰਾਬ ਹੋ ਗਈਆਂ, ਜਿਹੜੀਆਂ ਹੋਣੀਆਂ ਸੀ ਪਰਮਾਤਮਾ ਨੇ ਕੀਤਾ, ਪਰ ਹੁਣ ਸਾਡੀ ਇਹੀ ਬੇਨਤੀ ਹੈ ਵੀ ਇਹ ਘਰਾਂ ਨੂੰ ਬਚਾਇਆ ਜਾਵੇ। ਹਾਲਾਂਕਿ ਸਰਦੂਲਗੜ੍ਹ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਲੋਕਾਂ ਨੂੰ ਬਣਦੀ ਮਦਦ ਨਾ ਮਿਲਣ ਕਰਕੇ ਸਰਕਾਰ ਖਿਲਾਫ਼ ਰੋਸ ਜਤਾ ਰਹੇ ਨੇ। ਇੱਕ ਟਰੈਕਟਰ ਲਈ ਮਿਲਦੇ 10 ਲੀਟਰ ਤੇਲ ਨੂੰ ਲੈ ਕੇ ਲੋਕ ਸਰਕਾਰ ਤੋਂ ਸਵਾਲ ਕਰ ਰਹੇ ਨੇ ਕਿ ਅਜਿਹੀ ਬਿਪਤਾ 'ਚ ਇੰਨੀ ਜਿਹੀ ਮਦਦ ਨਾ ਮਾਤਰ ਹੈ। ਪ੍ਰਸ਼ਾਸਨ ਨੂੰ ਖੁਦ ਅੱਗੇ ਆ ਕੇ ਲੋਕਾਂ ਨੂੰ ਇਸ ਆਫ਼ਤ 'ਚੋਂ ਬਾਹਰ ਕੱਢਣਾ ਚਾਹੀਦਾ ਹੈ। ਹੁਣ ਜਿਵੇਂ ਕਹਿ ਰਿਹਾ ਜੀ ਪ੍ਰਸ਼ਾਸਨ ਬੰਨੇ, ਉਹ 10 ਲੀਟਰ ਤੇਲ ਟਰੈਕਟਰ ਨੂੰ ਦਿੱਤਾ ਜਾ ਰਿਹਾ। 10 ਲੀਟਰ ਦੇ ਨਾਲ ਤਾਂ ਟਰੈਕਟਰ ਨੂੰ ਕੁਛ ਵੀ ਨਹੀਂ ਹੁੰਦਾ, ਸਾਨੂੰ 70 ਲੀਟਰ ਤੇਲ ਖਾ ਜਾਂਦਾ ਟਰੈਕਟਰ, 10 ਲੀਟਰ ਨਾਲ ਕੀ ਹੋਊਗਾ? ਇਹ ਫਿਰ ਸਾਨੂੰ ਤਾਂ ਬਚਾਉਣਾ ਹੀ ਪੈਂਦਾ ਆਪਦੇ ਤੌਰ 'ਤੇ ਵੀ। ਟਰੈਕਟਰ ਚੱਲੀ ਜਾਂਦੇ 3 ਦਿਨ ਹੋ ਗਏ, 10 ਲੀਟਰ ਕੱਲ੍ਹ ਦਿੱਤਾ। ਕਿੰਨੇ ਕੁ ਪਰਿਵਾਰ ਫਸੇ ਹੋਏ ਨੇ ਅਤੇ ਉਹਨਾਂ ਨੂੰ ਕੱਢਣ ਦੇ ਕੀ ਇੰਤਜ਼ਾਮ ਨੇ? ਇੱਧਰ ਅਸੀਂ ਪਰਸੋਂ ਦੇ ਇੱਥੇ ਹਾਂ, ਜਦੋਂ ਰਾਤ ਪਾਣੀ 3 ਵਜੇ ਆਇਆ, ਜਦੋਂ ਲੋਕਾਂ ਦੇ ਇੰਨੀ ਤੇਜ਼ੀ ਨਾਲ ਪਾਣੀ ਆਇਆ, ਜਦੋਂ ਲੋਕਾਂ ਦੇ ਮੰਜਿਆਂ ਦੇ ਥੱਲੇ ਵੜ ਗਿਆ, ਵਾਲਿਆਂ ਨੂੰ ਤਾਂ ਉਦੋਂ ਹੀ ਪਤਾ ਲੱਗੇ ਵੀ ਹੁਣ ਪਾਣੀ ਆ ਗਿਆ, ਜਦੋਂ ਜਾਂਗਾ ਰੋਲੀ ਪਈ ਹੈ ਅਤੇ ਟਰੈਕਟ ਉਦੋਂ ਸਾਡੇ ਇੱਥੇ ਚੱਲੀ ਜਾਂਦੇ ਸੀ। ਆਹ ਪ੍ਰਬੰਧ ਹੈ ਜਿਹੜਾ ਸਾਰਾ, ਬਸ ਤੁਸੀਂ ਦੇਖ ਲਓ ਵੀ 10 ਲੀਟਰ ਤੇਲ ਇੱਕ ਟਰੈਕਟ ਮਗਰ ਕਹਿਣੇ ਹੋ, ਇਹ ਆਪਦੇ ਪੱਲੋਂ ਹੀ ਕਰੇ। ਇਹ ਹਾਲ ਹੀ ਇਕੱਲੇ ਸਰਦੂਲਗੜ੍ਹ ਦਾ ਹੀ ਨਹੀਂ, ਮਾਨਸਾ ਦੇ ਨਾਲ ਨਾਲ ਗੁਰਦਾਸਪੁਰ, ਸੰਗਰੂਰ ਅਤੇ ਫਾਜ਼ਿਲਕਾ ਦਾ ਵੀ ਹੈ। ਮਾਨਸਾ ਅਤੇ ਸੰਗਰੂਰ ਘੱਗਰ ਦੀ ਮਾਰ ਹੇਠ ਹੈ ਤਾਂ ਗੁਰਦਾਸਪੁਰ 'ਚ ਉੱਜ ਦਰਿਆ ਦੇ ਪਾਣੀ ਦਾ ਖਤਰਾ ਹੈ। ਉੱਥੇ ਫਾਜ਼ਿਲਕਾ ਇਲਾਕੇ 'ਚ ਸਤਲੁਜ ਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਹੋਇਆ।